10 ਸਾਲਾਂ ਜਸਪ੍ਰੀਤ ਸਿੰਘ ਦੇ ਫੈਨ ਜਿਹੜੀ ਹੈ ਅੱਜ ਕੱਲ ਪੂਰੀ ਦੁਨੀਆ ਬਣੀ ਹੋਈ ਹੈ ਦੱਸ ਦਈਏ ਕਾਰੋਬਾਰੀ ਆਨੰਦ ਮਹਿੰਦਰਾ ਦੇ ਨਾਲ ਹੀ ਅਦਾਕਾਰ ਸੋਨੂ ਸੂਤ ਦੇ ਵੱਲੋਂ ਵੀ ਉਹਨਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਗਿਆ ਤੇ ਫੈਨ ਵੀ ਇਹ ਦੋਵੇਂ ਵੱਡੇ ਜਿਹੜੇ ਕਾਰੋਬਾਰੀ ਤੇ ਅਦਾਕਾਰ ਬਣ ਗਏ ਨੇ ਉਹਨਾਂ ਦੇ ਵੱਲੋਂ ਇਸ ਬੱਚੇ ਦੀ ਬਕਾਇਦਾ ਵੀਡੀਓ ਵੀ ਸਾਂਝਾ ਆਪਣੇ ਟਵਿੱਟਰ ਹੈਂਡਲ ਤੇ ਕੀਤੀ ਗਈ ਹੈ ਦੱਸਦੀ ਹੈ 10 ਸਾਲਾ ਜਸਪ੍ਰੀਤ ਸਿੰਘ ਜਿਹੜੇ ਕਿ ਆਪਣੀ ਲਗਨ ਤੇ ਮਿਹਨਤ ਦੇ ਨਾਲ ਪਿਤਾ ਦਾ ਕਾਰੋਬਾਰ ਸੰਭਾਲ ਰਿਹਾ ਹੈ ਦਰਅਸਲ ਉਹਨਾਂ ਦੇ ਪਿਤਾ ਦੀ ਗੰਭੀਰ ਬਿਮਾਰੀ ਤੋਂ ਬਾਅਦ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਮਾਤਾ ਜਿਹੜੇ ਹੈ ਉਹ ਪੰਜਾਬ ਚਲੇ ਜਾਂਦੇ ਨੇ ਪਰ ਪੁੱਤਰ ਨੇ ਮਿਹਨਤ ਤੇ ਲਗਨ ਕਰਨੀ ਨਹੀਂ ਛੱਡੀ ਤੇ ਆਪਣੇ ਪਿਤਾ ਦਾ ਕੰਮ ਸੰਭਾਲਿਆ ਤੇ ਇਹ ਬੱਚਾ 10 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦੀ ਰੇੜੀ ਦੇ ਉੱਤੇ ਚਿਕਨ ਤੇ ਐਗਰੋਲ ਬਣਾਉਣਾ ਸ਼ੁਰੂ ਕਰਨ ਲੱਗ ਪਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਮਿਹਨਤ ਤੇ ਲਗਨ ਨੂੰ ਦੇਖਦੇ ਹੋਏ ਇੱਕ ਜਦੋਂ ਬਲੌਗਰ ਰੇੜੀ ਦੇ ਕੋਲੋਂ ਗੁਜ਼ਰ ਰਿਹਾ ਸੀ ਤਾਂ ਉਸ ਦੀ ਨਿਗਾਹ ਇਸ ਬੱਚੇ ਦੇ ਉੱਤੇ ਪੈ ਜਾਂਦੀ ਹੈ ਤੇ ਬੱਚੇ ਦੇ ਨਾਲ ਗੱਲਬਾਤ ਕਰਕੇ ਪਤਾ ਚੱਲਦਾ ਹੈ ਕਿ ਇਹ ਬੱਚਾ ਮਹਿਸ 10 ਸਾਲ ਦੀ ਉਮਰ ਦਾ ਹੈ ਜੋ ਸਵੇਰੇ ਸਕੂਲ ਜਾ ਕੇ ਪੜ੍ਹਾਈ ਕਰਦਾ ਹੈ ਤੇ ਸ਼ਾਮ ਨੂੰ ਆ ਕੇ ਆਪਣੇ ਪਿਤਾ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਤੇ ਐਗਰੋਲ ਬਣਾਉਂਦਾ ਹੈ ਤੇ ਕੰਮ ਕਰਦਾ ਹੈ ਇਸ ਕਰਕੇ ਬੱਚੇ ਦੇ ਵੱਲੋਂ ਜਦੋਂ ਬਹੁਤ ਜ਼ਿਆਦਾ ਮਿਹਨਤ ਤੇ ਲਗਨ ਦੇ ਨਾਲ ਕੰਮ ਕੀਤਾ ਜਾਂਦਾ ਹੈ ਤੇ ਫੂਡ ਬਲੌਗਰ ਦੇ ਵੱਲੋਂ ਇਸ ਪੂਰੀ ਵੀਡੀਓ ਨੂੰ ਬਣਾਇਆ ਜਾਂਦਾ ਹੈ ਤੇ ਨਾਲ ਉਸ ਬੱਚੇ ਦੀ ਸੰਘਰਸ਼ ਦੀ ਕਹਾਣੀ ਪੂਰੀ ਦੁਨੀਆ ਨੂੰ ਦੱਸੀ ਜਾਂਦੀ ਹੈ ਕਿ ਕਿਵੇਂ ਪੰਜਾਬ ਦਾ ਇਹ ਬੱਚਾ ਦਿੱਲੀ ਦੇ ਤਿਲਕ ਨਗਰ ਦੇ ਵਿੱਚ ਰੇੜੀ ਦੇ ਉੱਤੇ ਕੰਮ ਕਰ ਰਿਹਾ ਹੈ ਪਿਤਾ ਇਸ ਦੇ ਪਹਿਲਾਂ ਕੰਮ ਕਰਦੇ ਸਨ ਪਰ ਉਹਨਾਂ ਨੂੰ ਬ੍ਰੇਨ ਟਿਊਮਰ ਹੁੰਦਾ ਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਬੱਚਾ ਮਿਹਨਤ ਕਰਨਾ ਨਹੀਂ ਛੱਡਦਾ ਤੇ ਪਰਿਵਾਰ ਦੀ ਜ਼ਿੰਮੇਵਾਰੀ ਬਹੁਤ ਘੱਟ ਉਮਰ ਦੇ ਵਿੱਚ ਚੁੱਕ ਲੈਂਦਾ ਤੇ ਮਾਤਾ ਉਹਨਾਂ ਦੇ ਜਿਹੜੇ ਆ ਪੰਜਾਬ ਚਲੇ ਜਾਂਦੇ ਆ ਪਰ ਬੱਚਾ ਕਹਿੰਦਾ ਹੈ ਕਿ ਮੈਂ ਪੰਜਾਬ ਵਾਪਸ ਨਹੀਂ ਦਿੱਲੀ ਦੇ ਵਿੱਚ ਹੀ ਰਹਾਂਗਾ ਤੇ ਇੱਥੇ ਰਹਿ ਕੇ ਆਪਣੇ ਪਿਤਾ ਦੇ ਕੰਮਕਾਰ ਨੂੰ ਹੋਰ ਵੀ ਅੱਗੇ ਲੈ ਕੇ ਜਾਵਾਂਗਾ ਪੜਾਂਗਾ ਵੀ ਤੇ ਕੰਮ ਵੀ ਕਰਾਂਗਾ ਤੇ ਆਪਣੀ ਭੈਣ ਦੀ ਜ਼ਿੰਮੇਵਾਰੀ ਵੀ ਚੱਕਾਂਗਾ ਤੇ ਮਾਤਾ ਦੀ ਹਰ ਇੱਕ ਜ਼ਰੂਰਤਾਂ ਵੀ ਪੂਰੀਆਂ ਕਰਾਂਗਾ ਇਸ ਕਰਕੇ 10 ਸਾਲ ਦੀ ਉਮਰ ਦੇ ਵਿੱਚ ਜਸਪ੍ਰੀ ਤੇ ਇਸ ਹੌਸਲੇ ਨੂੰ ਦੇਖ ਕੇ ਜਸਮੇ ਨੂੰ ਦੇਖ ਕੇ ਜਿੱਥੇ ਕਾਰੋਬਾਰੀ ਆਨੰਦ ਮਹਿੰਦਰਾ ਤੇ ਨਾਲ ਹੀ ਸੋਨੂ ਸੂਦ ਇਸ ਦੇ ਫੈਨ ਹੋ ਗਏ ਕਿ ਕਿਵੇਂ ਛੋਟੀ ਜਹੀ ਉਮਰ ਦੇ ਵਿੱਚ ਇਸ ਬੱਚੇ ਦੀ ਕਿੰਨੀ ਮਿਹਨਤ ਤੇ ਲਗਨ ਦੇਖਣ ਨੂੰ ਮਿਲਦੀ ਹੈ ਅੱਜ ਕੱਲ ਦੇ 10 ਸਾਲ ਦੇ ਬੱਚੇ ਜਿਹੜੇ ਫੋਨਾਂ ਦੇ ਉੱਤੇ ਹੀ ਜਾਂ ਫਿਰ ਖੇਡਣ-ਕੁੱਦਣ ਦੇ ਵਿੱਚ ਵਿਅਸਤ ਹੁੰਦੇ ਨੇ ਇਹ ਬੱਚਾ ਇੰਨੀ ਘੱਟ ਉਮਰ ਦੇ ਵਿੱਚ ਜ਼ਿੰਦਗੀ ਦੀ ਐਨੀ ਵੱਡੀ ਗੱਲ ਨੂੰ ਸਮਝ ਗਿਆ ਤੇ ਇਸ ਨੂੰ ਪਤਾ ਚੱਲ ਗਿਆ ਕਿ ਜੇਕਰ ਮੈਂ ਕੰਮ ਨਹੀਂ ਕੀਤਾ ਤਾਂ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਹੋਰ ਕੌਣ ਸੰਭਾਲੇਗਾ ਇਸ ਕਰਕੇ ਐਨੀ ਘੱਟ ਉਮਰ ਦੇ ਵਿੱਚ ਇਸ ਬੱਚੇ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਇਸ ਕਾਰਨ ਆਨੰਦ ਮਹਿੰਦਰਾ ਦੇ ਵੱਲੋਂ ਤਾਂ ਫੈਸਲਾ ਤੱਕ ਲੈ ਲਿਆ ਗਿਆ ਕਿ ਉਹ ਇਸ ਬੱਚੇ ਦੀ ਜਿਹੜੀ ਹੈ ਸਾਰੀ ਪੜ੍ਹਾਈ ਲਿਖਾਈ ਦਾ ਖਰਚਾ ਚੁੱਕਣਗੇ ਬੱਚਾ ਮਿਹਨਤ ਕਰਦਾ ਰਹੇ ਤੇ ਉਸ ਬੱਚੇ ਦੀ ਜਿਹੜੀ ਹੈ ਉਹ ਪੜਾਈ ਦਾ ਖਰਚਾ ਸਾਡੀ ਐਨਜੀਓ ਚੁਕੇਗੀ ਇਸ ਤੋਂ ਇਲਾਵਾ ਸੋਨੂ ਸੂਤ ਦੇ ਵੱਲੋਂ ਵੀ ਇਸ ਬੱਚੇ ਦੀ ਜਿਹੜੀ ਹੈ ਉਹ ਤਸਵੀਰ ਨੂੰ ਸਾਂਝਾ ਆਪਣੇ ਟਵਿੱਟਰ ਹੈਂਡਲ ਤੇ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਹਿੰਦੀ ਦੇ ਵਿੱਚ ਲਿਖਿਆ ਗਿਆ ਹੈ ਚਲ ਪਹਿਲੇ ਪੜ੍ਹ ਲੈਂਦੇ ہیں ਦੋਸਤ ਬਿਜ਼ਨਸ बड़े होकर इससे भी अच्छा करेंगे इससे भी बड़ा करेंगे ते नाल ही सोनू सूद ਦੇ ਵੱਲੋਂ ਉਹਨਾਂ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਹੀ ਜਸਪ੍ਰੀਤ ਦੇ ਵੱਲੋਂ ਆਪਣੀ ਕਹਾਣੀ ਦੱਸੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ ਜਦੋਂ ਤੱਕ ਮੇਰੇ ਅੰਦਰ ਸਾਹ ਹੈ ਮੈਂ ਮਿਹਨਤ ਲਗਨ ਦੇ ਨਾਲ ਕਰਦਾ ਰਹਾਂਗਾ ਤੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਦਾ ਰਹਾਂਗਾ ਇਸ ਬੱਚੇ ਦੇ ਜੇ ਇਹ ਬੋਲ ਜਿਹੜੇ ਨੇ ਹਰ ਕਿਸੇ ਦੇ ਮਨਾਂ ਦੇ ਵਿੱਚ ਜਿਹੜੀ ਹੈ ਇੱਕ ਖੁਸ਼ੀ ਵੀ ਦਿੰਦੇ ਨੇ ਤੇ ਮਨ ਨੂੰ ਲੱਗ ਵੀ ਜਾਂਦੇ ਨੇ ਤੇ ਹਰ ਕੋਈ ਖੁਸ਼ ਵੀ ਹੁੰਦਾ ਇਸ ਬੱਚੇ ਦੀਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਿ ਇਹ ਬੱਚਾ ਚਾਹੇ 10 ਸਾਲ ਦਾ ਹੈ ਪਰ ਇਸ ਦੀ ਸੋਚ ਬਹੁਤ ਵੱਡੀ ਹੈ ਤੇ ਇਸ ਨੂੰ ਬਹੁਤ ਘੱਟ ਉਮਰ ਦੇ ਵਿੱਚ ਇਹ ਸਮਝ ਆ ਗਿਆ ਹੈ ਕਿ ਜ਼ਿੰਮੇਵਾਰੀ ਨੂੰ ਕਿਵੇਂ ਉਠਾਣਾ ਹੈ ਤੇ ਉਸ ਨੂੰ ਕਿਵੇਂ ਨਿਭਾਣਾ ਹੈ ਇਸ ਕਰਕੇ ਇਸ ਬੱਚੇ ਦੀ ਪੜਾਈ ਦੀ ਸਾਰੀ ਜ਼ਿੰਮੇਵਾਰੀ ਆਨੰਦ ਮਹਿੰਦਰਾ ਜਿਹੜੇ ਇਨ ਕਾਰੋਬਾਰੀ ਨੇ ਉਹਨਾਂ ਨੇ ਚੁੱਕੀ ਹੈ ਤੇ ਨਾਲ ਹੀ ਫੈਨ ਸੋਨੂ ਸੂਦ ਵੀ ਹੋ ਗਏ ਨੇ ਉਹਨਾਂ ਦੇ ਵੱਲੋਂ ਵੀ ਇਸ ਬੱਚੇ ਦੇ ਹੌਂਸਲੇ ਨੂੰ ਸਲਾਮ ਕੀਤਾ ਗਿਆ ਤੇ 10 ਸਾਲ ਦਾ ਜਸਪ੍ਰੀਤ ਸਿੰਘ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤਸਵੀਰਾਂ ਤੇ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਨੇ ਤੇ ਨਾਲ ਹੀ ਲੋਕ ਵੀ ਆਪਣੀ ਪ੍ਰਤੀਕਿਰਿਆ ਉਹਨਾਂ ਨੂੰ ਦੇ ਰਹੇ ਨੇ ਕਿ ਅਜਿਹੇ ਬੱਚੇ ਹੀ ਜ਼ਿੰਦਗੀ ਦੇ ਵਿੱਚ ਹੋਰ ਵੱਡੇ ਮੁਕਾਮਾਂ ਤੇ ਪਹੁੰਚਦੇ ਨੇ ਜਿਨ੍ਹਾਂ ਨੇ ਨਿੱਕੇ ਹੁੰਦੇ ਹੀ ਆਪਣੀਆਂ ਜ਼ਿੰਮੇਵਾਰੀਆਂ ਚੁੱਕ ਲਈਆਂ ਤੇ ਉਹਨਾਂ ਨੂੰ ਸਮਝ ਲੱਗ ਗਈ ਕਿ ਕਿਵੇਂ ਆਪਣੇ ਪਰਿਵਾਰ ਨੂੰ ਛੋਟੇ ਹੁੰਦੇ ਹੀ ਸੰਭਾਲਣਾ ਹੈ ਤੇ ਚਾਹੇ ਜਿੰਨੀ ਵੱਡੀ ਜ਼ਿੰਦਗੀ ਦੇ ਵਿੱਚ ਸਮੱਸਿਆ ਆਵੇ ਉਸ ਸਮੱਸਿਆ ਨੂੰ ਬਹੁਤ ਹੀ ਜ਼ਿਆਦਾ ਮਜ਼ਬੂਤੀ ਦੇ ਨਾਲ ਖੜੇ ਹੋ ਕੇ ਨਜਿੱਠਣਾ ਹੈ ਇਸ ਬਾਬਤ ਜਸਪ੍ਰੀਤ ਜਿਹੜਾ ਹੈ ਕਾਫੀ ਵਾਇਰਲ ਵੀ ਹੋ ਰਿਹਾ ਤੇ ਲੋਕ ਉਸ ਦੀ ਮਦਦ ਕਰਨ ਦੇ ਲਈ ਵੱਧ ਤੋਂ ਵੱਧ ਅੱਗੇ ਵੀ ਆ ਰਹੇ ਨੇ ਤੁਸੀਂ ਕੀ ਸੋਚਦੇ ਹੋ ਜਸਪ੍ਰੀਤ ਦੀ ਇਸ ਪਹਿਲ ਕਦਮੀ ਦੇ ਬਾਰੇ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ